ਆਈ ਆ ਨਾ ਮੇਰੇ ਉੱਤੇ ਪਰਚਾ ਦੇ ਰਹੀ ਹੈ 500 ਵਿੱਚ 500 ਇਧਰ ਆਓ ਜੀ ਇਧਰ ਆਏ ਪਿਆ ਦੇ ਰਿਆ ਆ ਕੇ ਬੂਆ ਖੁੱਲ ਗਿਆ ਜੀ ਖੁੱਲ ਗਿਆ ਇਹ ਬੂਆ ਹਾਂਜੀ ਅੱਜ ਦੱਸੋ ਕੀ ਆਪਣੇ ਪਕਸ਼ ਕੀ ਕਹਿਣਾ ਚਾਹੁੰਦੇ ਹੋ ਐਲੀਗੇਸ਼ਨ ਲੱਗ ਰਹੇ ਨੇ ਤੁਹਾਡੇ ਦਾਰੂ ਦੇ ਪੈਸੇ ਨਾ ਦਈਏ ਇਹਨੂੰ ਫੇਰ ਹੋਣਾ ਪੈਂਦਾ ਨਹੀਂ ਤੁਸੀਂ ਕੌਣ ਹੋ ਭਾਜੀ ਮੁੰਡਾ ਪੂਰਾ ਹੋ ਗਿਆ ਮੁੰਡਾ ਮਰ ਗਿਆ ਕੋਈ ਗੱਲ ਵਾ ਕਹਿਣ ਵਾਲੀ ਤੁਹਾਡਾ ਬੱਚਾ ਹੋਏਗਾ ਤੁਸੀਂ ਆਪਣੀ ਜਨਾਨੀ ਨੂੰ ਕਹੋਗੇ ਮੇਰਾ ਮੁੰਡਾ ਮਰ ਗਿਆ ਰੋਟੀ ਪਾਣੀ ਮੈਨੂੰ ਦਿੰਦਾ ਨੀ 4 ਮਹੀਨੇ ਹੋ ਗਏ ਇਹ ਬੰਦਾ ਮੈਨੂੰ ਸਾਂਭਦਾ ਪਿਆ ਰੋਟੀ ਪਾਣੀ ਮੇਰਾ ਪੂਰਾ ਘਰ ਦਾ ਖਰਚਾ ਨਹੀਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਕੋਈ ਗੈਰ ਮਰਦ ਘਰ ਦੇ ਵਿੱਚ ਆ ਗਿਆ ਨਹੀਂ ਉਹੀ ਇਲਜ਼ਾਮ ਆ ਰਹੇ ਘਰੋਂ ਕੱਢਤਾ ਮੈਨੂੰ ਇਹ ਕਹਿੰਦੇ ਮੈਨੂੰ ਮੇਰੇ ਬੱਚੇ ਦੇ ਨਾਲ ਵੀ ਨਹੀਂ ਮਿਲਣ ਦੇ ਰਹੇ ਮੈਨੂੰ ਆਪਣੇ ਬੱਚੇ ਦੀ ਸੌਹ ਲੱਗੇ ਜੇ ਮੈਂ ਹਰਾਮ ਦੀ ਹੋਊਂਗੀ ਮੈਂ ਜੁੱਤੀਆਂ ਖਾਊਂਗੀ ਜੇ ਇਸ ਬੰਦੇ ਤੁਸੀਂ ਬਾਹਰ ਕੱਢਿਆ ਆ ਦੇਖੋ ਜਾ ਕੇ ਲੋਕਾਂ ਨੂੰ ਪਤਾ ਨਹੀਂ ਪਛਾਣ ਅੰਦਰ ਕਰਦਾ ਇਹ ਬੰਦਾ ਕੱਪੜਿਆਂ 'ਚ ਕਰਦਾ ਕਹਿੰਦਾ 5 ਦਿਨ ਹੋ ਗਏ ਮੈਂ ਘਰੋਂ ਬਾਹਰ ਆ ਤੇ ਮੈਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕਹਿੰਦੇ ਬੂਆ ਵੀ ਨਹੀਂ ਖੋਲ ਰਹੇ ਭਾਜੀ ਇੱਧਰ ਆਓ ਸਾਹਮਣੇ ਬੱਚਾ ਸਾਈਡ ਤੇ ਕਰ ਦੋ ਬੱਚਾ ਸਾਈਡ ਕਰ ਦੋ ਭਾਜੀ ਛੋਟਾ ਬੱਚਾ ਸਾਈਡ ਕਰ ਦੋ ਇਹ ਕਹਿੰਦਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਭਾਈ ਮੇਰੀ ਗੱਲ ਸੁਣੋ ਇੱਕ ਛੋਟੀ ਜਿਹੀ ਇਹ ਕਹਿੰਦਾ ਧੰਨਵਾਦ ਕਰਦਾ ਕੀ ਹੈ ਤੁਹਾਡੇ ਇਹਦੇ ਨਾਲ ਪੂਰਾ ਮੁਹੱਲਾ ਵੀ ਇਕੱਠਾ ਹੋਇਆ ਮੁਹੱਲਾ ਵੀ ਪਰੇਸ਼ਾਨ ਹੁੰਦਾ ਪਿਛਲੇ ਹਫਤੇ ਵੀ ਕਹਿੰਦੇ ਕੌਣ ਸਾਈ ਸੀ ਇੱਥੇ ਅੱਜ ਆਪਾਂ ਬੁਲਾਈ ਸੀ ਦੇ ਸਾਲ ਮੈਂ ਕਹਿੰਦਾ ਤੂੰ ਬੰਦਿਆਂ ਨਾਲ ਸੌ ਰੁਪਇਆ ਲੋਕਾਂ ਤੋਂ ਲੈਂਦਾ ਬੰਦੇ ਮੈਨਾਂ ਆ ਕੇ ਸੌਂਦੇ ਆ ਇਹ ਕੰਮ ਹੋ ਤੇਰੇ ਬੰਦੇ ਸੌਂਦੇ ਮੈਂ ਤੁਸਣ ਮਿਲਾਂ ਇਹ ਬੰਦੇ ਨੇ ਕਿੰਨਾ ਵੰਡ ਮੈਂ ਅੱਧੇ 10 ਸਾਲਾਂ ਨੂੰ ਰੋਟੀ ਨਹੀਂ ਰੋਟੀ ਖਵਾਈ ਮੈਂ ਐਨੇ ਇੱਕ ਦਾ ਮੋਬਾਈਲ ਚੱਕ ਕੇ ਲੈਂਦਾ ਡੱਗ ਜਾਊਂ ਉਹ ਮੁੰਡਾ ਸਿਵਲ ਸਾਲੀ ਗੱਡੀ ਮੇਰੀ ਮਾਲ ਲਈ ਪੂਰੀ ਮੈਨੂੰ ਪੈਸੇ ਦੇ ਸ਼ਰਾਬਾਂ ਵਾਸਤੇ ਮੈਨੂੰ ਕਹਿੰਦਾ ਸ਼ਰਾਬਾਂ ਵਾਸਤੇ ਪੈਸੇ ਦੇ ਮੈਨੂੰ 5 ਨੰਬਰ ਦਾ ਲੈ ਤੇ ਮਾਂ ਦਾ ਜੰਮਿਆ ਆ ਦੇਖੋ ਵੀਰੇ ਇਹ ਰਾਜ ਦੀ ਪੁੱਛ ਕਿਰਾਇਆ ਜਿੰਨੇ ਕਮਰੇ ਬਦਲੇ ਉਹਦਾ ਕਿਰਾਇਆ ਇੱਕ ਮਿੰਟ 2 ਸਾਲ ਹੋ ਗਏ ਘਰੋਂ ਨਿਕਲਿਆ ਨੂੰ ਇਹਨੂੰ ਇਹ ਪੁੱਛ ਲੈ ਕਿ ਕਿਰਾਇਆ ਭਰਿਆ ਘਰ ਦਾ ਜਿੰਨਾ ਸਮਾਨ ਵਿੱਚ ਹੈ ਤਾਂ ਪੂਰਾ ਕਰੋ ਪੂਰਾ ਸਮਾਨ ਚੱਪੋ ਪੂਰਾ ਐਲਟੀ ਫ੍ਰਿਜ 2 ਸਿਲੰਡਰ ਤੇ ਹੁਣ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਇਹਨਾਂ ਦਾ ਦੇਖਭਾਲ ਨਹੀਂ ਕਰਦੇ ਇਹਨਾਂ ਨੂੰ ਰੋਟੀ ਪਾਣੀ ਨਹੀਂ ਦਿੰਦੇ ਇਸ ਕਰਕੇ ਉਹ ਨਹੀਂ ਰਹਿ ਰਹੇ ਤੁਹਾਡੇ ਨਾਲ ਮਤਲਬ ਤੁਸੀਂ ਪਰਵਰਿਸ਼ ਨਹੀਂ ਕਰ ਰਹੇ ਨਾ ਬੱਚੇ ਦੀ ਨਾ ਉਹਨਾਂ ਦੀ ਮੈਂ ਪਰਵਰਿਸ਼ ਤਾਂ ਨਹੀਂ ਕਰਦਾ ਕਿ ਅਨੇ ਜਿਹੜਾ ਮੋਬਾਈਲ ਚੱਕ ਕੇ ਲੈਂਦਾ ਮੇਰੀ ਗੱਡੀ ਨੱਕ ਦੇ ਫਾ ਲੱਗੀ ਜਾਂਦੇ ਭਾਈ ਮੈਨੂੰ ਕਹਿੰਦਾ ਫੋਨ ਚੋਰੀ ਆ ਕਰ ਕਹਿੰਦਾ ਨਹੀਂ ਤਾਂ ਤੇਰਾ ਮੁੰਡਾ ਮਾਰ ਦੇਣਾ ਮੈਂ ਭਾਈ ਉਹਦਾ ਤੁਸੀਂ ਚੋਰੀ ਕੀਤੀ ਦੀ ਫੋਨ ਮੇਰੀ ਗੱਲ ਸੁਣ ਫੋਨ ਪਿਛਲੇ ਹਫਤੇ ਪੁਲਿਸ ਆਈ ਸੀਗੀ ਉਹਨਾਂ ਵੱਲੋਂ ਕੀ ਕਿਹਾ ਗਿਆ ਸਾਨੂੰ ਦੱਸ ਦਿਓ ਜੇ ਮੈਂ ਗਲਤ ਹੈ ਨਾ ਮੈਂ ਜੁੱਤੀਆਂ ਖਾਣ ਨੂੰ ਤਿਆਰ ਹਾਂ
ਬੰਦਾ ਜਿੱਦਣ ਦਾ ਕਲੇਸ਼ ਦਿਮਾਗ ਚੱਲਦਾ ਵਾ ਚੇਲ ਘੱਟ ਕੇ ਆਇਆ